ਇਹ ਨਾ ਝੂਠ ਕਦੀ ਕਹਿੰਦਾ ਮੈਂ ਟਾਂਗਾ ਚਲਾਉਂਦਾ ਰਿਹਾ ਕਦੀ ਕਹਿੰਦਾ ਮੈਂ ਲਪਦਾ ਰਿਹਾ ਕੋਠੇ ਲਪਦਾ ਰਿਹਾ ਕਦੀ ਕਹਿੰਦਾ ਮਰਿਖਸ਼ਾ ਚਲਾਉਂਦਾ ਹੁੰਦਾ ਸੀ ਕਦੀ ਕਹਿੰਦਾ ਮੈਂ 3 ਵੀਲ ਚਲਾਉਂਦਾ ਹੁੰਦਾ ਸੀ ਮੈਨੂੰ ਇਹ ਗੱਲ ਨਹੀਂ ਸਮਝ ਲੱਗਦੀ ਕਿ ਚੰਨੀ ਸਾਹਿਬ ਕਰ ਇੰਨਾ ਕੁਝ ਕਰ ਲਾ ਕਿਵੇਂ ਲਿਆ ਉਹਨਾਂ ਨੇ ਕਿਵੇਂ ਦੇਖਦੇ ਹੋ ਕੀ ਕਾਂਗਰਸ ਸਰਕਾਰ ਦੀ ਕੀ ਕਾਰਗੁਜ਼ਾਰੀ ਰਹੀ ਹੈ 5 ਸਾਲਾਂ ਦੇ ਵਿੱਚ ਕਾਂਗਰਸ ਨੇ ਹੀ ਪੰਜਾਬ ਦਾ ਸਤਿਆਨਾਸ਼ ਕੀਤਾ ਕਾਂਗਰਸ ਹੀ ਜਿਹੜੀ ਅਸਹੀ ਮੈਨੇਜ ਪੰਜਾਬ ਦੀ ਦੁਸ਼ਮਣ ਜਿਹੜੇ 5 ਸਾਲ ਇਹਨਾਂ ਲੰਗਾਏ ਆ ਡੰਗ ਡਪਾਉ ਕੋਲ ਰਾਜਾ ਬੈਠਾ ਰਿਆ ਸਦਾ ਮਨਿੰਦਰ ਸਿੰਘ ਹੁਣਾ ਚੰਨੀ ਆ ਗਿਆ ਚੰਨੀ ਨੂੰ ਇਹ ਨਹੀਂ ਪਤਾ ਮੈਂ ਮੈਂ ਕਹਿ ਕੀ ਰਿਆਂ ਤੁਹਾਨੂੰ ਕੀ ਲੱਗਦਾ ਕੀ ਕਾਂਗਰਸ ਨੂੰ ਕੋਈ ਫਾਇਦਾ ਹੋਏਗਾ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਨੁਕਸਾਨ ਹੋਊਗਾ ਕਾਂਗਰਸ ਚੰਨੀ ਦੇ ਬੰਦੇ ਨਾਲ ਤਿੰਨਾ ਚਾਰ ਹਿੱਸੇ ਚ ਵੰਡੀ ਗਈ ਕਾਂਗਰਸ ਕਾਂਗਰਸ ਦੇ ਜਿਹੜੇ ਕੱਢੇ ਹੋਏ ਆ ਤਾਲੀ ਦਲ ਚੋਂ ਜਿਹੜੇ ਕੱਢੇ ਹੋਏ ਆ ਜਾਂ ਕਿਸੇ ਹੋਰ ਪਾਰਟੀ ਚੋਂ ਜਿਹੜੇ ਕੱਢੇ ਹੋਏ ਆ ਜਿਹੜੇ ਪਾਰਟੀਆਂ ਦੇ ਨਕੰਮੇ ਜਿਹੜਾ ਕੂੜਾ ਕੱਟਕ ਜਿਹੜਾ ਪਾਰਟੀ ਨੇ ਕੱਢ ਕੇ ਬਾਹਰ ਮਾਰਿਆ ਆਪਣੇ ਵਿੱਚੋਂ ਉਹ ਆਮ ਆਦੀ ਪਾਰਟੀ ਨਾਲ ਸੰਬੰਧ ਦਾ ਤੇ ਇਸ ਕਰਕੇ ਆਮ ਆਦੀ ਪਾਰਟੀ ਕੀ ਕਰੂਗੀ ਠੀਕ ਆ ਚੰਗੀ ਗੱਲ ਆ ਸਾਡੇ ਨਾਲੋਂ ਤਾਂ ਰਾਜ ਨੇ ਪਾਰਟੀ ਬਣਾ ਲਈ ਅਕਦਾ ਹੋਰ ਨਿਕਲੇ ਉਹ ਵੀ ਪਾਰਟੀ ਬਣਾ ਲਵੇ ਇਹ ਤਾਂ ਪਾਰਟੀਆਂ ਬਣਾਈ ਜਾਣਾ ਸਾਨੂੰ ਫਾਇਦਾ ਹੋਈ ਜਾਣਾ ਲੋਕਿੰਸਾਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਇਸ ਸੀਟ ਤੇ ਕਾਬਜ਼ ਰਹੇ ਹਨ ਕਿੰਨਾ ਕੁ ਵਿਕਾਸ ਹਲਕੇ ਦਾ ਇਹਨਾਂ ਨੇ ਕੀਤਾ ਜਾਂ ਕਿੰਨਾ ਕੁ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਤੁਸੀਂ ਕਹਿੰਦੇ ਲੋਕ ਇਨਸਾਫ ਪਾਰਟੀ ਦੋ ਭਰਾਵਾਂ ਦੀ ਪਾਰਟੀ ਆ ਇੱਕ ਪਰਿਵਾਰ ਦੀ ਪਾਰਟੀ ਆ ਆਪਾਂ ਉਹਨੂੰ ਲੋਕ ਇਨਸਾਫ ਪਾਰਟੀ ਕਹਿ ਦਿੰਨੇ ਆ ਲੋਕਾਂ ਦਾ ਕਿਹੜਾ ਇਨਸਾਫ ਕੀਤਾ ਆ ਦੋ ਬੀਬੀਆਂ ਬੈਠੀਆਂ ਸੀ ਆਪਾਂ ਕਚਹਿਰੀ ਦੇ ਵਿੱਚ ਉਹ ਇਨਸਾਫ ਮੰਗਦੀਆਂ ਹਾਲੀ ਦੇ ਗਣ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਿਛਟੀਆਂ ਛੇੜੀਆਂ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ जिन्ना नु की शिरोमणि अकाली दल वलो हल्का दखनी तो उम्मीदवार अलानिया गया है इन नाल गल बात करदे हां काबी जी ਤੁਹਾਡਾ अजीत 1 वेब टीवी ਸਵਾਗਤ ਹੈ थैंक यू ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਜੀਤ ਅਖਬਾਰ ਜਿਹੜੀ ਆ ਇਹ ਪੰਜਾਬੀਆਂ ਦੀ ਆਪਣੀ ਅਖਬਾਰ ਆ ਔਰ ਪੰਜਾਬ ਤੇ ਪੰਜਾਬੀਅਤ ਲਈ ਦੀ ਪਹਿਰੇਦਾਰ ਆ शिरोमणि अकाली दल वलो ਮੁਰਤੋ ਤੁਹਾਡੇ ਤੇ ਹਲਕਾ दखਨੀ ਦੇ ਵਿੱਚ ਟਿਕਟ ਦਿੱਤੀ ਗਈ ਹੈ ਤੁਹਾਡੇ ਤੇ ਮੂਰਤੋ ਵਿਸ਼ਵਾਸ ਕੀਤਾ ਗਿਆ ਹੈ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ ਦਿਨਾਂ ਵਿੱਚ ਕੀ ਰਣਨੀਤੀ ਹੋਏਗੀ ਚੋਣਾਂ ਨੂੰ ਲੈ ਕੇ ਦੇਖੋ ਜੀ ਪਾਰਟੀ ਫੈਸਲੇ ਕਰਦੀ ਆ ਸ਼੍ਰੋਮਣੀ ਅਕਾਲੀ ਦਲ ਨੇ ਹੁਕਮ ਕੀਤਾ ਤੇ ਮੈਂ ਦੱਖਣੀ ਦੇ ਵਿੱਚ ਆਪਣਾ ਇਲੈਕਸ਼ਨ ਕੈਂਪੇਨ ਇਲੈਕਸ਼ਨ ਕੈਂਪੇਨ ਜਿਹੜੀ ਆ ਉਹ ਸ਼ੁਰੂ ਕੀਤੀ ਆ ਤੋ ਪਾਰਟੀ ਦਾ ਹੁਕਮ ਹੁੰਦਾ ਪਾਰਟੀ ਕਿਸੇ ਹੋਰ ਜਗ੍ਹਾ ਵੀ ਭੇਜ ਸਕਦੀ ਹੈ ਪਾਰਟੀ ਇਸ ਜਗ੍ਹਾ ਨੇ ਉਹਨਾਂ ਦਖਣੀਤ ਕਹਤਾ ਆਪਾ ਦਖਣੀ ਤੇ ਡੇਰੇ ਲਾ ਲਿਆ ਤੁਹਾਨੂੰ ਚੋਣਾਂ ਦੌਰਾਨ ਅਕਸਰ ਹੀ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਕਿਉਂਕਿ ਤੁਸੀਂ BC ਵਿੰਗ ਦੇ ਪ੍ਰਧਾਨ ਹੋ ਤੇ ਪੰਜਾਬ ਦੇ ਵਿੱਚ 32. ਕੁਝ ਪ੍ਰਤੀਸ਼ਤ BC ਵਿੰਗ ਨਾਲ ਸੰਬੰਧਿਤ ਵੋਟਰ ਨੇ ਕਿਸ ਤਰ੍ਹਾਂ ਤੁਸੀਂ ਚੋਣ ਪ੍ਰਚਾਰ ਵਿੱਚ ਅਕਾਲੀ ਦਲ ਦਾ ਪ੍ਰਚਾਰ ਕਰੋਗੇ ਬੈਗਰ ਕਲਾਸ ਜਿਹੜੀ ਆ ਜਿਹਨੂੰ ਆਪਾਂ ਬੀਸੀ ਵੈਂਕ ਕਹਿੰਦੇ ਆ ਬੈਗਰ ਕਲਾਸ ਨੂੰ ਪਿਛਲੀਆਂ ਸਰਕਾਰਾਂ ਨੇ ਦਿੱਤਾ ਹੀ ਕਰਕ ਨਹੀਂ ਬੈਗਰ ਕਲਾਸ ਸ਼੍ਰੇਣੀਆਂ ਇਹੋ ਜੀਆਂ ਸੀਗੀਆਂ ਜਿਹਦੇ ਵਿੱਚ ਨਾ ਪਿਛਲੇ ਸਮਾਂ ਚ ਹੰਸਾਂ ਚ ਆਏ ਨਾ ਕਾਗਾਂਜ ਰਹੇ ਉਹਨਾਂ ਨੂੰ ਕਿਤੇ ਵੀ ਨਹੀਂ ਜੇ ਕੋਈ ਫਾਇਦਾ ਮਿਲਿਆ ਜੇ ਕੋਈ ਸੂਰਤਾਂ ਮਿਲੀਆਂ ਨੇ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਿਲਿਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ ਜਿਹਦੇ ਕਰਕੇ ਲੋਕ ਅੱਜ ਬੈਕਗ੍ਰਾਉਂਡ ਕਲਾਸ ਨਾਲ ਜਿੰਨੇ ਲੋਕ ਹੈਗੇ ਨੇ ਸੰਬੰਧਤ ਉਹ ਸਾਰੇ ਅੱਜ ਸਰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਦੇਖ ਰਹੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਦੇਖ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹਨੂੰ ਪ੍ਰਸ਼ੰਸਾ ਕਰ ਰਹੇ ਨੇ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲਾ ਨੇ ਹੀ ਦੋਸੂ ਜੂਂਟ ਮਾਫ ਕੀਤੀ ਸੀ ਬੈਕਗ੍ਰਾਉਂਡ ਕਲਾਸ ਦੇ ਸ਼੍ਰੋਮਣੀ ਅਕਾਲੀ ਦਲ ਨੇ ਸ ਕਰਨ ਸਕੀਮ ਚ ਲਿਆਂਦਾ ਸੀਗਾ ਬੈਕਗ੍ਰਾਉਂਡ ਕਲਾਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹੀ ਇਹ ਬੋਰਡ ਬਣਾਇਆ ਸੀ ਬਰਾਦਰੀ ਭਾਈ ਤਾਂ ਕਿ ਸਾਰਿਆਂ ਨੂੰ ਸਰਕਾਰ ਦੇ ਵਿੱਚ ਹਿੱਸੇਦਾਰੀ ਬਣਾਇਆ ਜਾ ਸਕੇ ਤੋਂ ਇਸ ਕਰਕੇ ਜੋ ਵੀ ਮੰਗਿਆ ਸਦਾ ਪ੍ਰਕਾਸ਼ ਸਿੰਘ ਬਾਦਲ ਤੋਂ ਉਹਨਾਂ ਨੇ ਸਾਨੂੰ ਦਿੱਤਾ ਤੋਂ ਇਸ ਕਰਕੇ ਹੁਣ ਬੈਕਗ੍ਰਾਉਂਡ ਕਲਾਸ ਦੀ ਜਿੰਨੀ ਵੋਟ ਆ ਉਹ 70% ਮੈਂ ਸਮਝਦਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਇਮਾਨਤ ਆ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਨਿਸ਼ਾਨ ਉਹ ਬਸਪਾ ਦੀ ਚੋਣ ਨਿਸ਼ਾਨ ਤੇ ਉਹ ਵੋਟ ਪੈਗੀ ਕਾਂਗਰਸੀ ਕਾਰਗੁਜ਼ਾਰੀ ਨੂੰ ਲੈ ਕੇ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਪਹਿਲਾਂ ਸਾਡੇ 4 ਸਾਲ ਕੈਪਟਨ ਮਰਿੰਦਾ ਸਿੰਘ ਮੁੱਖ ਮੰਤਰੀ ਰਹੇ ਹੁਣ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਾਏ ਗਏ ਨੇ ਕਿਵੇਂ ਦੇਖਦੇ ਹੋ ਕਿ ਕਾਂਗਰਸ ਸਰਕਾਰ ਦੀ ਕੀ ਕਾਰਗੁਜ਼ਾਰੀ ਰਹੀ ਹੈ 5 ਸਾਲਾਂ ਦੇ ਵਿੱਚ ਸਹੀ ਮੈਨੇਜ ਚ ਉਹਨਾਂ ਨੇ ਸਭ ਤੋਂ ਵੱਡਾ ਜੇ ਕੋਈ ਨੁਕਸਾਨ ਕੀਤਾ ਹੈ ਤੇ ਕਾਂਗਰਸ ਨੇ ਕੀਤਾ ਕਾਂਗਰਸ ਨੇ ਹੀ ਪੰਜਾਬ ਦਾ ਸਤਿਆਨਾਸ਼ ਕੀਤਾ ਕਾਂਗਰਸ ਹੀ ਜਿਹੜੀ ਅਸਹੀ ਮੈਨੇਜ ਪੰਜਾਬ ਦੀ ਦੁਸ਼ਮਣ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਜਦੋਂ ਵੀ ਕਿਤੇ ਕਾਂਗਰਸ ਦੀ ਸਰਕਾਰ ਆਈ ਆ ਉਹਨਾਂ ਨੇ ਤੂੰ ਸ਼ੁਰੂ ਤੋਂ ਦੇਖ ਲਓ ਪੰਜਾਬੀ ਬੋਲਦੇ ਇਲਾਕੇ ਨੇ ਦਿੱਤੇ ਚੰਡੀਗੜ੍ਹ ਨੇਤਾ ਪਾਣੀਆਂ ਦੇ ਮਸਲੇ ਲੜਾਈ ਰੱਖੇ ਆ ਕਿਸੇ ਨੂੰ ਇਹ ਤਾਂ ਅਧਿਕਾਰ ਨਹੀਂ ਹੁੰਦਾ ਕਿਸੇ ਨੂੰ ਆਪਾਂ ਸਾਲ ਸਮਨ ਲਈਏ ਜੱਜ ਮੰਨ ਲਈਏ ਤੇ ਉਹ ਕਹਿੰਦਾ ਵੀ ਆ ਪੰਜ ਕੁਰਸੀਆਂ ਤੈਨੂੰ ਦੇਤੀਆਂ ਸੱਤ ਦੇਨੂੰ ਦੇਤੀਆਂ ਬਾਕੀ ਜਿਹੜੀਆਂ ਪੰਜੋਂ ਮੇਰੀਆਂ ਸਾਲਸੀ ਦੇ ਤੌਰ ਤੇ ਇਹਨਾਂ ਨੇ ਆਪ ਦੇ ਕੋਲ ਚੰਡੀਗੜ੍ਹ ਰੱਖ ਲਿਆ ਜਿਹੜਾ ਕਿ ਬਹੁਤ ਵੱਡਾ ਤੱਕਾ ਤੇ ਹੁਣ ਵੀ ਜਿਹੜੇ ਪੰਜ ਸਾਲ ਇਹਨਾਂ ਲੰਗਾਏ ਆ ਡੰਗ ਡਪਾਉ ਪਹਿਲੋ ਰਾਜਾ ਬੈਠਾ ਰਿਹਾ ਸਦਾ ਮਨਿੰਦਰ ਸਿੰਘ ਹੁਣ ਚੰਨੀ ਆ ਗਿਆ ਚੰਨੀ ਨੂੰ ਇਹ ਨਹੀਂ ਪਤਾ ਮੈਂ ਮੈਂ ਕਹਿ ਕੀ ਰਿਹਾ ਚਾ ਚੰਨੀ ਕਹਿੰਦਾ ਜੀ ਮੈਂ ਤੁਹਾਡੇ ਜਿੰਨੇ ਚਲਾਨ ਕਰਤੇ ਆ ਨਾ ਉਹ ਸਾਰੇ ਮਾਫ ਕਰਤੇ ਚਲਾਨ ਔਰ ਜੁਡੀਸ਼ਲੀ ਚਪਾਇਆ ਜੁਡੀਸ਼ਲੀ ਚ ਦਖਲਅੰਦਾਜ਼ੀ ਕੋਈ ਨਹੀਂ ਗਈ ਪੰਜਾਬ ਸਰਕਾਰ ਦੀ ਇੰਨਾ ਝੂਠ ਇੰਨਾ ਝੂਠ ਕਦੀ ਕਹਿੰਦਾ ਮੈਂ ਟਾਂਗਾ ਚਲਾਉਂਦਾ ਰਿਹਾ ਕਦੀ ਕਹਿੰਦਾ ਮੈਂ ਆ ਲਿਪਦਾ ਰਿਹਾ ਆ ਕੋਠੇ ਲਿਪਦਾ ਰਿਹਾ ਕਦੀ ਕਹਿੰਦਾ ਮਰਿਖਸ਼ਾ ਚਲਾਉਂਦਾ ਹੁੰਦਾ ਸੀ ਕਦੀ ਕਹਿੰਦਾ ਮੈਂ 3 ਵੀਲਰ ਚਲਾਉਂਦਾ ਹੁੰਦਾ ਸੀ ਮੈਨੂੰ ਇਹ ਗੱਲ ਨਹੀਂ ਸਮਝ ਲੱਗਦੀ ਕਿ ਚੰਨੀ ਸਾਹਿਬ ਕਰ ਇੰਨਾ ਕੁਝ ਕਰ ਲਾ ਕਿਵੇਂ ਲਿਆ ਉਹਨਾਂ ਨੇ ਤੋ ਇਸ ਕਰਕੇ ਚੰਨੀ ਸਾਹਿਬ ਤਾਂ ਮੈਨੂੰ ਐ ਲੱਗਦਾ ਵੀ ਪਿੱਛੇ ਕੋਈ ਤਾਰ ਲਾਉਂਦਾ ਜਿਵੇਂ ਉਹ ਕਹੀ ਜਾਂਦਾ ਉਹੇ ਕਰੀ ਜਾਂਦਾ ਇਹ ਉੱਠ ਕੱਠ ਪੁਤਲੀ ਨਹੀਂ ਹੁੰਦੀ ਆਇਓ ਕੱਠ ਪੁਤਲੀ ਵਾਂਗੂ ਉਹ ਚੱਲ ਰਿਹਾ ਪਿੱਛੇ ਪ੍ਰਸਾਦ ਕੁਸ਼ੋਤਾ ਕੁਸ਼ੋਰਾ ਜਾਂ ਕੋਈ ਹੋਰ ਆ ਜਿਹੜਾ ਉਹਨਾਂ ਨੂੰ ਦੱਸ ਰਿਹਾ ਵੀ ਤੂੰ ਅੱਜ ਲਾਣਾ ਆ ਕਰਨਾ ਲਾਣਾ ਆ ਕਰਨਾ ਇਹਨੂੰ ਇਹ ਨਹੀਂ ਪਤਾ ਵੀ ਦਿਨ ਤਾਂ ਤੇਰੇ ਥੋੜੇ ਰਹਿ ਗਏ ਆ ਇਲਾਨ ਕਰ ਦਿੱਤੇ ਤੇ ਕਿ ਕਿੱਥੇ ਜਾਣਗੇ ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਨੂੰ ਕੋਈ ਫਾਇਦਾ ਹੋਏਗਾ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਨੁਕਸਾਨ ਹੋਊਗਾ ਕਾਂਗਰਸ ਚੰਨੀ ਦੇ ਬੰਦੇ ਨਾਲ ਤਿੰਨਾ ਚਾਰ ਹਿੱਸਿਆਂ ਚ ਵੰਡੀ ਗਈ ਕਾਂਗਰਸ ਜੇ ਕਾਂਗਰਸ ਚ ਚੰਨੀ ਨਾ ਮੁੱਖ ਮੰਤਰੀ ਬਣਦਾ ਹੋ ਸਕਦਾ ਕਾਂਗਰਸ ਇੱਕ ਰਹਿੰਦੀ ਔਰ ਇੱਕ ਰਹਿਣ ਦੇ ਕਰਕੇ ਹੋ ਸਕਦਾ ਸਾਡਾ ਉਹਦਾ ਮੁਕਾਬਲਾ ਕਠਨ ਹੋ ਜਾਂਦਾ ਲੇਕਿਨ ਹੁਣ ਤਾਂ ਚੰਨੀ ਦੇ ਬੰਦੇ ਨਾਲ ਕਾਂਗਰਸ ਹੀ ਖੀਰੂ ਖੀਰੂ ਹੋਗੀ ਤੇ ਜੋ ਕਾਂਗਰਸ ਖੇਰੂ ਖੇਰੂ ਹੋ ਗਈ ਆ ਤੇ ਹੁਣ ਕਾਂਗਰਸ ਲਾਭਦੀ ਕੀ ਐ ਇੱਥੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਲਗਾਤਾਰ ਦੌਰੇ ਕਰ ਰਹੇ ਨੇ ਤੇ ਲੋਕਾਂ ਨੂੰ ਕਈ ਗਰੰਟੀਆਂ ਦਿੱਤੇ ਜਾਂਦੇ ਕਿਵੇਂ ਵੇਖਦੇ ਹੋ ਇਸ ਨੂੰ ਦੇਖੋ ਦੌਰੇ ਕਰਨ ਦਾ ਤਾਂ ਹਰ ਇੱਕ ਨੂੰ ਅਧਿਕਾਰ ਆ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਕਿ ਪਿਛਲੀ ਵੇਰਾਂ ਨਾਲ ਕਿ 100 ਪਲੱਸ 100 ਪਲੱਸ ਰੌਲਾ ਪਈਗਾ ਇਹ ਸਾਡੇ ਸਰਵੇ ਕਹਿੰਦੇ 100 ਪਲੱਸ ਸਰਕਾਰ ਬਣਨ ਜਾ ਰਹੀ ਆ ਪਰ ਜਿਹੜੇ ਇਹਨਾਂ ਦੇ ਜਿੱਤੇ ਸੀ ਉਹ ਮੈਂ ਕਹਿੰਦਾ 100 ਹਿੱਸੇ ਆ ਜੀ ਵੰਡੇ ਗਏ ਕੋਈ ਤਾਂ ਬੰਦਾ ਖੜੇ ਫਿਰ ਉਹ ਕਹਿੰਦਾ ਜੀ ਮੈਂ ਰਾਜਨੀਤੀ ਬਦਲਣ ਵਾਸਤੇ ਆ ਰਿਹਾ ਰਾਜਨੀਤੀ ਬਦਲਣ ਵਾਸਤੇ ਬੰਦੇ ਕਿੱਥੋਂ ਲਿਆਂਦੇ ਆ ਕਾਂਗਰਸ ਦੇ ਜਿਹੜੇ ਕੱਢੇ ਹੋਏ ਆ ਕਾਲੀ ਦਲ ਚੋਂ ਜਿਹੜੇ ਕੱਢੇ ਹੋਏ ਆ ਜਾਂ ਕਿਸੇ ਹੋਰ ਪਾਰਟੀ ਚੋਂ ਜਿਹੜੇ ਕੱਢੇ ਹੋਏ ਆ ਜਿਹੜੇ ਪਾਰਟੀਆਂ ਦੇ ਨਕੰਮੇ ਜਿਹੜਾ ਕੂੜਾ ਕਟਕ ਜਿਹੜਾ ਪਾਰਟੀ ਨੇ ਕੱਢ ਕੇ ਬਾਹਰ ਮਾਰਿਆ ਆਪਣੇ ਵਿੱਚੋਂ ਉਹ ਆਮ ਆਦਮੀ ਪਾਰਟੀ ਦਾ ਸਭੰਦਾ ਤੁਸੀਂ ਕਰਕੇ ਆਮ ਆਦਮੀ ਪਾਰਟੀ ਕੀ ਕਰੂਗੀ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਇੱਥੇ ਦੇਖ ਲਓ ਜਿੰਨਾਂ ਟਿਕਟਾਂ ਦੇ ਰਹੇ ਨੇ ਉਹ ਪਹਿਲਾਂ ਕਾਲੀ ਦਲ ਚ ਹੁੰਦੇ ਸੀਗੇ ਕਾਲੀ ਦਲ ਚੋਂ ਕੱਢੇ ਤੇ ਆਮ ਆਦਮੀ ਪਾਰਟੀ ਨੇ ਸੰਭਾਲ ਲਈ ਜੇ ਕਾਲੀ ਦਲ ਚੋਂ ਚੰਗੇ ਨਹੀਂ ਸੀ ਤੇ ਇਹਨਾਂ ਕੋਲ ਕਿਹੜਾ ਦੋ ਤੋਤੇ ਬਣ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਆਪਣੀ ਇੱਕ ਪਾਰਟੀ ਬਣਾਈ ਗਈ ਹੈ ਜਿੰਦੇ ਨਾਲ ਤੁਹਾਡੇ ਪੁਰਾਣੇ ਸਾਥੀ ਢੀਂਗਸਾ ਸਾਹਿਬ ਦੇ ਗੱਟਚੋੜ ਦੀ ਗੱਲ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਕਿ ਢੀਂਗਸਾ ਸਾਹਿਬ ਅਤੇ ਅਗਰ ਕੈਪਟਨ ਇਕੱਠੇ ਹੋ ਕੇ ਚੋਣਾਂ ਲੜਦੇ ਨੇ ਭਾਜਪਾ ਦੇ ਨਾਲ ਮਿਲ ਕੇ ਤੇ ਕੀ ਕਾਲੀ ਦਲ ਨੂੰ ਕਿੰਨਾ ਕੋ ਨੁਕਸਾਨ ਜਾਂ ਫਾਇਦਾ ਹੋਏਗਾ ਦੇਖੋ ਜੀ ਹਰ ਇੱਕ ਨੂੰ ਅਧਿਕਾਰ ਆ ਚੋਣਾਂ ਲੜਨ ਦਾ ਪਾਰਟੀਆਂ ਬਣਾਉਣ ਦਾ ਹਰ ਇੱਕ ਨੂੰ ਅਧਿਕਾਰ ਆ ਪਰ ਸ਼੍ਰੋਮਣੀ ਅਕਾਲੀ ਦਲ 101 ਸਾਲ 101 101 ਸਾਲ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਲੰਮਾ ਇਤਿਹਾਸ ਆ ਸ਼੍ਰੋਮਣੀ ਅਕਾਲੀ ਦਲ ਨੇ ਲੀਡਰਾਂ ਨੇ ਜੇਲਾਂ ਕੱਟੀਆਂ ਨੇ ਸਾਡੇ ਲੀਡਰ ਸਰਦਾ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਜੇਲ੍ਹਾਂ ਚ ਰਹਿ ਪੰਜਾਬੀਆਂ ਲਈ ਪੰਜਾਬ ਦੀ ਖਾਤਰ ਪੰਜਾਬ ਦੇ ਮਸਲਿਆਂ ਦੀ ਖਾਤਰ ਇਹ ਜਿਹੜੇ ਕੱਲ ਆਉਂਦੇ ਨੇ ਕਦੀ ਕੁਛ ਕਹਿੰਦੇ ਮਲਾਈ ਲਾਣ ਆਉਂਦੇ ਨੇ ਠੀਕ ਆ ਚੰਗੀ ਗੱਲ ਆ ਸਾਡੇ ਨਾਲ ਤਾਂ ਰਾਜ ਨੇ ਪਾਰਟੀ ਬਣਾ ਲਈ ਅਕਦਾ ਹੋਰ ਨਿਕਲੇ ਉਹ ਵੀ ਪਾਰਟੀ ਬਣਾ ਲਵੇ ਇਹਨਾਂ ਪਾਰਟੀਆਂ ਬਣਾਈ ਜਾਣਾ ਸਾਨੂੰ ਫਾਇਦਾ ਹੋ ਜਾਣਾ ਹਲਕਾ ਦਖਣੀ ਦੀ ਗੱਲ ਕਰੀਏ ਪਿਛਲੇ 10 ਸਾਲਾਂ ਤੋਂ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਇਸ ਸੀਟ ਤੇ ਕਾਬਜ ਰਹੇ ਹਨ ਕਿੰਨਾ ਕੁ ਵਿਕਾਸ ਹਲਕੇ ਦਾ ਇਹਨਾਂ ਨੇ ਕੀਤਾ ਜਾਂ ਕਿੰਨਾ ਕੁ ਤੁਸੀਂ ਸਮਝਦੇ ਹੋ ਕੀ ਹਲਕੇ ਦੇ ਵਿੱਚ ਤਰੱਕੀਆਂ ਹੋਈਆਂ ਮੈਨੂੰ ਇਹ ਗੱਲ ਦੀ ਸਮਝ ਆਉਂਦੀ ਤੁਸੀਂ ਕਹਿੰਦੇ ਲੋਕ ਇਨਸਾਫ ਪਾਰਟੀ ਦੋ ਭਰਾਵਾਂ ਦੀ ਪਾਰਟੀ ਆ ਇੱਕ ਪਰਿਵਾਰ ਦੀ ਪਾਰਟੀ ਆ ਆਪਾਂ ਉਹਨੂੰ ਲੋਕ ਇਨਸਾਫ ਪਾਰਟੀ ਕਹਿ ਦਿੰਨੇ ਆ ਲੋਕਾਂ ਦਾ ਕਿਹੜਾ ਇਨਸਾਫ ਕੀਤਾ ਆ ਦੋ ਬੀਬੀਆਂ ਬੈਠੀਆਂ ਸੀ ਆਪਾਂ ਕਚਹਿਰੀ ਦੇ ਵਿੱਚ ਉਹ ਇਨਸਾਫ ਮੰਗਦੀਆਂ ਹਾਲੀ ਦੇ ਘਨ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੂੰ 10 ਸਾਲਾਂ ਚ 10 ਪੈਸੇ ਨਹੀਂ ਲਾਏ ਦੋ ਹਲਕਿਆਂ ਚਾਹੇ ਆਤਮ ਨਗਰ ਦੀ ਗੱਲ ਕਰ ਲੋ ਚਾਹੇ ਦੱਖਣੀ ਦੀ ਗੱਲ ਕਰ ਲੋ 10 ਰੁਪਏ ਨਹੀਂ ਲਾਏ ਸвая ਝੂਠ ਤੋਂ ਪਹਿਲੋਂ ਪਟਵਾਰੀ ਨੂੰ ਫੜ ਲੈਂਦੇ ਮੁੜ ਕੇ ਹਿੱਸੇਦਾਰੀ ਕਰ ਲੈਂਦੇ ਨੇ ਪਹਿਲੋਂ ਟੋਲ ਪਲਾਜ਼ਾ ਤੇ ਚਲੇ ਜਾਂਦੇ ਨੇ ਫਿਰ ਟੋਲ ਪਲਾਜ਼ਾ ਨਾਲ ਹਿੱਸੇਦਾਰੀ ਪਾ ਲੈਂਦੇ ਨੇ ਵੀ ਐਨੇ ਪੈਸੇ ਮਹੀਨੇ ਦੇ ਭੇਜ ਦਿਆ ਕਰ ਜੇ ਮੈਨੇ ਕਦੀ ਕਿਸੇ ਨੂੰ ਫੜ ਕੇ ਨੇ ਸਿਰੇ ਗੱਲ ਲਾਈ ਆ ਐਨਾ ਝੂਠ ਬੋਲਦੇ ਨੇ ਕਿਸੇ ਬੰਦੇ ਨੂੰ ਫੜ ਕੇ ਤੁਸੀਂ ਅੱਜ ਤੱਕ ਜਿਹਨੂੰ ਸਾਜਾ ਦਵਾਈ ਹੋਵੇ ਇਹਨਾਂ ਨੇ ਉਹ ਜਦੋਂ ਫੜ ਲੈਂਦੇ ਨੇ ਮੁਰਕਿਓ ਸੌਦਾ ਕਰ ਲੈਂਦੇ ਉਹਨਾਂ ਨਾਲ ਵੀ ਕਿੰਨੇ ਪੈਸੇ ਦੇਣਾ ਹੋਰ ਰੁਪਈਏ ਦੇ ਜਾਂਦੇ ਨੇ ਇਹ ਮੁਰਕਿਓ ਦੀ ਗੱਲ ਖਤਮ ਕਰ ਲੈਂਦੇ ਨੇ ਇਸ ਕਰਕੇ ਇਹ ਤਾਂ ਧੋਖੇਬਾਜ਼ ਨੇ ਠੱਗ ਜੋ ਠੱਗੀ ਮਾਰਦੇ ਨੇ ਕਿਸੇ ਉਸ ਹਾਵ ਇਹਨਾਂ ਦਾ ਤਰੀਕਾ ਰ ਇਹ ਕੋਈ ਰਾਜਨੀਤਿਕ ਬੰਦੇ ਨਹੀਂਗੇ ਰਾਜਨੀਤਿਕ ਬੰਦੇ ਤਾਂ ਜਿੱਥੋਂ ਲੋਕ ਵੋਟਾਂ ਪਾਉਂਦੇ ਨੇ ਜਦੋਂ ਲੋਕ ਵੋਟ ਪਾਉਣ ਜਾਂਦੇ ਨੇ ਉੱਥੇ ਕਈ ਸਵਾਲੀਆ ਨਿਸ਼ਾਨ ਹੁੰਦੇ ਨੇ ਤੇ ਉਹ ਸਵਾਲੀਆ ਨਿਸ਼ਾਨ ਉਹ ਤੇ ਨੱਪਦੇ ਨੇ ਜਿਹੜਾ ਉਹਨਾਂ ਨੂੰ ਉਮੀਦ ਹੋਵੇ ਸਾਡੇ ਕੰਮ ਆਊਗਾ ਇਹਦਾ ਕਿਸੇ ਦੇ ਕੰਮ ਉਹ ਨਹੀਂ ਆਇਆ ਇਹ ਤਾਂ ਆਪਦੇ ਕੰਮ ਹੀ ਰਏ ਨੇ ਕਿਸੇ ਦਾ ਕੰਮ ਕੀਤਾ ਹੀ ਨਹੀਂ ਤੁਸੀਂ ਦੱਸ ਦਿਓ ਕੀ ਸੀ ਇਹ ਪਹਿਲਾਂ ਇਹਨਾਂ ਕੋਲ ਸਾਈਕਲ ਨਹੀਂ ਹੁੰਦਾ ਅੱਜ ਬੜੀ ਬੜੀਆਂ ਯਾਰਾਂ ਜਾ ਰਾਂ ਇੱਕ ਕੋਠੀਆਂ ਕਿੱਥੋਂ ਆ ਗਈਆਂ ਤੁਸੀਂ ਕਿਹੜੇ ਕਿਹੜੇ ਮੁੱਦੇ ਲੈ ਕੇ ਲੋਕਾਪਾਸ ਜਾ ਰਹੇ ਹੋ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬੰਦੀ ਹੈ ਤਾਂ ਹਲਕਾ ਦੱਖਣੀ ਦੇ ਵਿਕਾਸ ਲਈ ਤੁਸੀਂ ਕੀ ਕੀ ਯਤਨ ਕਰੋਗੇ ਦੇਖੋ ਜੀ ਸਾਡੇ ਮੁੱਦੇ ਜਿਹੜੇ ਆ ਉਹ ਬੜੇ ਲੋਕਾਂ ਦੇ ਭਲੇ ਲਈ ਆ ਲੋਕਾਂ ਲਈ ਆ ਇੱਕ ਤਾਂ ਉੱਥੇ ਸਾਡਾ ਬਹੁਤ ਵੱਡੀ ਪਪੂਲੇਸ਼ਨ ਆ ਗਰੀਬ ਜਨਤਾ ਜਿਹਦੇ ਵਿੱਚ ਪਰਮਾਚਰੀ ਲੋਕ ਵੀ ਬਹੁਤ ਨੇ ਦੂਸਰੇ ਵੀ ਨੇ ਲੇਬਰ ਟੱਪਕਾ ਜ਼ਿਆਦਾ ਉੱਥੇ ਸਾਡੀਆਂ ਬੱਚੀਆਂ ਲੜਕੀਆਂ ਜਿਹੜੀਆਂ ਪੜਨੋਂ ਰਹਿ ਰਹੀਆਂ ਨੇ ਉਹ ਪੜ੍ਹਾਈ ਨਹੀਂ ਹੋ ਰਹੀ ਤਨ ਪਤਾ ਜਿਹੜੀ ਲੜਕੀ ਪੜ੍ਹੀ ਨਾ ਹੋਵੇ ਨਾ ਵਾਰ ਚੰਗਾ ਵਰਲਵ ਦਾ ਨਾ ਚੰਗਾ ਕਰ ਲਵਦਾ ਤੇ ਉੱਥੇ ਸਭ ਤੋਂ ਮੇਰਾ ਪਹਿਲਾ ਹੋਊਗਾ ਭਈ ਲੜਕੀਆਂ ਦਾ ਕਾਲਜ ਬਣਾਇਆ ਜਾ ਫਿਰ ਲੋਕਾਂ ਦੇ ਖੇਡਣ ਲਈ ਸਟੇਡੀਅਮ ਫਿਰ ਹਸਪੀਟਲ ਜਿਹੜੀ ਸਿਹਤ ਬਹੁਤ ਜ਼ਰੂਰੀ ਆ ਉਹ ਲੋਕ ਗਰੀਬ ਨੇ ਉਹਨਾਂ ਦੀ ਸਿਹਤ ਜਿਹੜੀ ਆ ਤੇ ਕੋਹੋ ਤੇਰਾ ਨਕਾਤੀ ਪ੍ਰੋਗਰਾਮ ਦੇ ਵਿੱਚ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਇਹ ਦਿੱਤਾ ਵੀ ਆ 10 ਲੱਖ ਦਾ ਸਿਹਤ ਬੀਮਾ ਵਗੈਰਾ 2000 ਜਿਹੜੀ ਹਰ ਘਰ ਦੀ ਸੁਆਣੀ ਦੇ ਖਾਤੇ ਚ ਆਇਆ ਕਰੂਗਾ ਇਸੇ ਤਰ੍ਹਾਂ ਬਹੁਤ ਸਾਰੀਆਂ ਸਹੂਲਤਾਂ ਪੜਾਈ ਵਾਸਤੇ 10 ਲੱਖ ਰੁਪਈਆ ਤੋ ਇਹ ਜਾਣੀਆਂ ਸਾਰੀਆਂ ਸਹੂਲਤਾਂ ਹੀ ਦੇ ਰਹੇ ਆ ਇਹ ਇਹਦੇ ਲਈ ਸਭ ਤੋਂ ਵੱਧ ਫਾਇਦਾ ਜਿਹੜਾ ਆ ਮੈਂ ਕਹਿੰਦਾ ਦੱਖਣੀ ਹਲਕੇ ਨੂੰ ਆਣਾ ਕਿਉਂਕਿ ਦੱਖਣੀ ਹਲਕੇ ਦੇ ਵਿੱਚ ਹੀ ਗਰੀਬ ਜ਼ਿਆਦਾ ਰਹਿੰਦੇ ਆ ਜਿਨ੍ਹਾਂ ਦੇ ਨੀਲੇ ਕਾਰਡ ਭਾਵੇਂ ਪਿਛਲੀ ਸਰਕਾਰ ਨੇ ਕੱਟਤੇ ਆ 70% ਅਸੀਂ ਦੁਬਾਰਾ ਨੀਲੇ ਕਾਰਡ ਬਣਾਵਾਂਗੇ 2-2000 ਰੁਪਈਆ ਮੇਰੇ ਹਿਸਾਬ ਨਾਲ ਅਸੀਂ 90% ਜਿਹੜੇ ਆ ਸਾਡੇ ਹਲਕੇ ਦੇ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਨੀਲੇ ਕਾਰਡ ਤੇ ਉਹ 2-2000 ਰੁਪਈਆ ਘਰਾਂ ਚਾਹੁੰਦਾ ਧੰਨਵਾਦ ਕਾਵਰੀਆ ਸਾਹਿਬ ਅਜੀਤ ਵੈਬ ਟੀਵੀ ਨਾਲ ਗੱਲ ਕਰਨ ਲਈ ਬਹੁਤ ਬਹੁਤ ਥੈਂਕ ਯੂ ਧੰਨਵਾਦ ਜੀ ਮਿਹਰਬਾਨੀ ਹੁਜਾ ਸਾਹਿਬ ਪੜਾਈ ਚ ਦਿਲ ਲੱਗਦਾ ਸੀ ਨੰਬਰ ਚੰਗੇ ਆਉਂਦੇ ਸੀ ਐਸੀ ਖੁੱਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੇ ਮਿਲਦੀ ਸੀ ਬਾਪੂ ਮਜ਼ਦੂਰੀ ਕਰਦਾ ਬੇਬੇ ਨੂੰ ਮਸਾਂ ਹੀ ਘਰਾਂ ਚ ਕੰਮ ਮਿਲਦਾ ਪਰ ਮੈਂ ਖੁਸ਼ ਸੀ ਤਸਵੀਰ ਚ ਸਾਈਕਲ ਮਿਲੂਗੀ ਤੇ ਤੇ ਪੋਸਟ ਮੈਟ੍ਰਿਕ ਐਸਸੀ ਵਜੀਫਾ ਵੀ ਲੰਬਰਦਾਰਾ ਦੀ ਰਾਣੋ ਵਾਂਗ ਇੰਜੀਨੀਅਰ ਬਣਾਂਗੀ ਪਰ ਸੁਪਨੇ ਸੁਪਨੇ ਹੀ ਰਹਿ ਗਏ ਸਕਾਲਰਸ਼ਿਪ ਬੰਦ ਹੋ ਗਈ ਸਕੂਲ ਛੁੱਟ ਗਿਆ ਸਾਈਕਲ ਮਿਲੀ ਕੋਈ ਨਾ ਤੇ ਤੇ ਫੀਸ ਹੈ ਨਹੀਂ ਹੁਣ ਮਾਂ ਨਾਲ ਘਰਾਂ ਚ ਕੰਮ ਕਰਨ ਜਾਣੀ ਆ ਆ ਦਿੱਤਾ ਮੈਨੂੰ ਇਸ ਸਰਕਾਰ ਨੇ ਹੁਣ ਨਹੀਂ ਮੈਂ ਕਹਿ ਦਿੱਤਾ ਬਾਪੂ ਬੇਬੇ ਨੂੰ ਐਤ ਕੀ ਸਬਕ ਸਿਖਾਉਣਾ ਹੈ ਵੋਟ ਪਾਉਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਦੀ